ਬਾਬਾ ਕਬੀਰ ਕਹਿੰਦੇ ਨੇ ਰੱਬ ਨੇ ਉਦੋਂ ਤੱਕ ਨਹੀਂ ਆਉਣਾ ਜਦ ਤੱਕ ਤੂੰ ਵਿਦਾ ਨਹੀਂ ਹੋ ਜਾਣਾ, ਜਦ ਤੱਕ ਤੇਰਾ ਹੰਕਾਰ ਨਿਕਲਦਾ ਨਹੀਂ ਵਿਦਾ ਨਹੀਂ ਹੁੰਦਾ ਉਦੋਂ ਤੱਕ ਪਰਮੇਸ਼ਰ ਨੇ ਤੈਨੂੰ ਦਿਖਾਈ ਨਹੀਂ ਦੇਣਾ, ਤੈਨੂੰ ਮਿਲਣਾ ਨਹੀਂ। ਰੱਬ ਨੂੰ ਮਿਲਣ ਦੀ ਇੱਥੇ ਕਿਹਦੀ ਚਾਹ ਆ, ਇੱਥੇ ਤਾਂ ਰੁਪਈਏ ਚਾਹੀਦੇ ਆ। ਆਖੋ ਸਤਨਾਮ, ਵਾਹਿਗੁਰੂ ਰੁਪਈਆਂ ਲਈ ਹੋ ਕੇ ਮਾਰਦਾ, ਲੰਬੇ ਲੰਬੇ ਹੋ ਕੇ ਸੁੱਤਾ ਸੁੱਤਾ ਕੀ ਜਾਗਦਾ ਜਾਗਦਾ ਮੰਜੇ ਤੇ ਢਾਹਾਂ ਮਾਰਦਾ, ਕਦੇ ਕਦੇ ਗਰੀਬੀ ਗਲ ਪੈ ਗਈ। ਮਾਇਆ ਚਾਹੀਦੀ ਹੈ, ਮੈਂ ਫਿਰ ਅੱਜ ਤੀਸਰੇ ਦਿਨ ਫਿਰ ਕਹਿੰਦਾ ਮਾਇਆ ਚਾਹੀਦੀ ਹੈ। ਪਰ ਪਾਤਸ਼ਾਹ ਕਹਿੰਦੇ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ। ਤੁਸੀਂ ਕਦੇ ਆਪਣੀ ਜੇਬ 'ਚ ਸੱਪ ਪਾਇਆ, ਸੱਪਣੀ ਪਾਈ ਕਦੇ? ਕਿਉਂ ਪਿਆਰੇ, ਤੁਸੀਂ ਸੱਪ ਦੇ ਸਰੀਰ 'ਤੇ ਕਦੇ ਹੱਥ ਫੇਰਨਾ? ਰੇਸ਼ਮ ਵਰਗਾ ਹੁੰਦਾ, ਬੜਾ ਕੋਮਲ ਹੁੰਦਾ ਸੱਪ ਦਾ ਸਰੀਰ, ਪਰ ਜਦ ਡੰਗ ਮਾਰਦਾ ਨਾ ਬੰਦਾ ਪਾਣੀ ਨਹੀਂ ਮੰਗਦਾ। ਇਸ ਤਰ੍ਹਾਂ ਹੀ ਇਹ ਮਾਇਆ ਬੜੀ ਕੋਮਲ ਅਤੇ ਪਿਆਰੀ ਲੱਗਦੀ, ਚਾਹੇ ਜੜ ਹੋਵੇ ਚਾਹੇ ਚੇਤਨ ਹੋਵੇ, ਪਰ ਇਸ ਦਾ ਡੰਗਿਆ ਹੋਇਆ ਬੰਦਾ ਬਚਦਾ ਨਹੀਂ। ਆਖੋ ਸਤਨਾਮ ਵਾਹਿਗੁਰੂ। ਪਾਤਸ਼ਾਹ ਕਹਿੰਦੇ ਬਹੁ ਪਰਪੰਚ ਕਰ ਪਰ ਧਨ ਲਿਆਵੈ। ਪਰਪੰਚ ਠੱਗੀ ਠੋਰੀ ਨੂੰ ਕਹਿੰਦੇ ਨੇ ਗੁਰਮੁਖੋ। ਕਈ ਵਾਰੀ ਅਸੀਂ ਦੁਕਾਨਾਂ ਤੇ ਬਾਹਰ ਲਿਖਿਆ ਅਸੀਂ ਪੜ੍ਹਿਆ, ਕਹਿੰਦਾ ਗਾਹਕ ਸਾਡਾ ਰੱਬ ਹੈ। ਆਖੋ ਸਤਨਾਮ ਵਾਹਿਗੁਰੂ। ਲਿਖਿਆ ਮੈਂ ਦਿਖਾ ਸਕਦਾ, ਗਾਹਕ ਸਾਡਾ ਰੱਬ ਹੈ ਕਿਉਂਕਿ ਪੈਸੇ ਜੋ ਦੇਣੇ ਆ। ਆਖੋ ਸਤਨਾਮ ਵਾਹਿਗੁਰੂ। ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰ ਆਣ ਲੁਟਾਵੈ। ਪੁੱਤਰਾਂ ਨੂੰ ਕਹਿੰਦਾ, ਪਤਨੀ ਨੂੰ ਕਹਿੰਦਾ, ਇਹ ਪਾਤਸ਼ਾਹ ਕਹਿ ਰਹੇ ਨੇ ਮੈਂ ਤਾਂ ਸਾਰੀ ਉਮਰ ਨੰਗੇ ਪੈਰੀ ਕੱਟ ਲਈ, ਪਰ ਤੁਹਾਡੇ ਲਈ ਕੁਝ ਕਰਕੇ ਹੀ ਜਾਊਂਗਾ, ਫਿਰ ਹੀ ਮਰਨਾ। ਆਖੋ ਸਤਨਾਮ ਵਾਹਿਗੁਰੂ। ਪਾਤਸ਼ਾਹ ਕਹਿੰਦੇ ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇੜਾ ਤੇਰੇ ਜੀ ਪੈਲੀ। ਦੇਖੀ ਕਿਤੇ ਇਹੋ ਜਿਹੀ ਗਲਤੀ ਨਾ ਕਰ ਲੈ, ਲੇਖਾ ਤੈਨੂੰ ਦੇਣਾ ਪੈਣਾ। ਭਾਈ ਸਾਹਿਬ ਕਹਿੰਦੇ ਜਦ ਗੁਰਸਿੱਖ ਆ ਜਾਂਦੇ ਨੇ ਸਾਧ ਸੰਗਤ ਵਿੱਚ, ਇਸ ਮਨ ਨੂੰ ਇੱਕ ਕਾਰਜ ਦਿੰਦੇ ਨੇ, ਗੁਰਮਤ ਹਿਰਦੈ ਵਸਾਏ ਆਪ ਗਵਾਇਆ। ਹਿਰਦੇ ਵਿੱਚ ਗੁਰੂ ਦੀ ਮਤ ਨੂੰ ਗ੍ਰਹਿਣ ਕਰਦਾ ਸਿੱਖ। ਦੇਖਿਆ ਨੀ ਸਾਇੰਸ ਕਿੰਨੀ ਬਦਲ ਗਈ, ਸਾਇੰਸ ਕਿੰਨੀ ਐਡਵਾਂਸ ਹੋ ਗਈ। ਅੱਖ ਬਦਲਣੀ ਚਾਹੋ ਬਦਲ ਸਕਦੇ ਹੋ, ਹੱਡੀਆਂ ਬਦਲਣੀਆਂ ਚਾਹੋ ਬਦਲ ਦਿੰਦੇ ਹੋ, ਗੋਡੇ ਬਦਲਣੇ ਚਾਹੋ ਬਦਲ ਲੈਂਦੇ ਹੋ, ਚਲੋ ਚਾਰ ਦਿਨ ਹੋਰ ਫਿਰ ਤੁਰ ਲਈਏ। ਸਤਿਗੁਰ ਕਹਿੰਦੇ ਲਿਆ ਤੇਰੀ ਮਤ ਬਦਲਦੇ ਆ, ਕਹਿੰਦਾ ਮਨ ਨਹੀਂ ਮਰ ਜਾਗਾ ਮੇਰਾ, ਸਭ ਕੁਝ ਬਦਲ ਦੇ ਪਰ ਮਤ ਮੈਂ ਆਪਣੀ ਰੱਖਣੀ। ਆਖੋ ਸਤਨਾਮ ਵਾਹਿਗੁਰੂ। ਸਤਿਗੁਰ ਕਹਿੰਦੇ ਮਤ ਥੋੜੀ ਸੇਵ ਗਵਾਈ ਹੈ, ਜੇ ਤੇਰੀ ਮਤ ਵਧੀਆ ਹੁੰਦੀ ਤੇ ਸਤਿਗੁਰ ਨੇ ਕਹਿਣਾ ਨਹੀਂ ਸੀ ਮੇਰੀ ਮਤ ਲੈ ਲਾ,